ਹੱਸਣਾ ਹੀ ਆਉਂਦਾ ਤੁਹਾਨੂੰ। ਬਾਕੀ ਬਾਈ ਨਸੀਬ ਨੂੰ ਤਾਂ ਮੈਂ ਇੱਕ ਗੱਲ ਜਮਾਂ ਸ਼ਰੇਆਮ ਕਹਿਣੀ ਚਾਹੂੰਗਾ ਵੀ ਬਾਈ ਤੈਨੂੰ ਗਲੀ ਦਾ ਕੁੱਤਾ ਵੀ ਨਹੀਂ ਸੀ ਜਾਣਦਾ। ਸੋ ਹੈਲੋ ਦੋਸਤੋ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਬਾਈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਿਐਕਟ ਕਰਨ ਜਾ ਰਹੇ ਹਾਂ ਸਕੇਪ ਗੋਟ ਗਾਣੇ 'ਤੇ, ਜੋ ਕਿ ਬਾਈ ਸਿੱਧੂ ਮੂਸੇਵਾਲੇ ਦਾ ਅਤੇ ਮਰਸੀ ਨੇ ਦਿੱਤਾ ਮਿਊਜ਼ਿਕ। ਅਤੇ ਬਾਈ ਇੱਕ ਗੱਲ ਮੈਂ ਸਾਰਿਆਂ ਨਾਲ ਪਹਿਲਾਂ ਕਹਿ ਦੇਣੀ ਚਾਹੁੰਦਾ ਵੀ ਜਿਹੜੇ ਜਿਹੜੇ ਸਿੱਧੂ ਦੇ ਹੈਗੇ ਆ ਹੇਟਰ, ਉਹ ਇਹ ਵੀਡੀਓ ਨੂੰ ਬਿਲਕੁਲ ਨਾ ਦੇਖਿਓ। ਅਤੇ ਬਾਅਦ 'ਚ ਜੇ ਬਾਈ ਤੁਹਾਡਾ ਕੋਈ ਦਿਮਾਗੀ ਮੈਂਟਲੀ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦਾ ਮੈਂ ਜ਼ਿੰਮੇਵਾਰ ਨਹੀਂ ਹੋਊਂਗਾ। ਅਤੇ ਆਪਣਾ ਦੱਸਣਾ ਫਰਜ਼ ਸੀਗਾ, ਵਾਰਨਿੰਗ ਦੇਣੀ ਜ਼ਰੂਰੀ ਸੀਗੀ। ਅਤੇ ਬਾਈ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਬਾਈ ਇੱਕ ਗੱਲ ਹੋਰ ਜ਼ਰੂਰੀ ਕਰਨ ਵਾਲੀ ਰਹਿ ਗਈ ਸੀ ਤੁਹਾਡੇ ਨਾਲ, ਹੈ ਨਾ? ਅਤੇ ਕਈ ਬੰਦੇ ਹੈਗੇ ਜਿਨ੍ਹਾਂ ਦੀਆਂ ਵੀਡੀਓ ਵੀ ਦੇਖੀਆਂ ਮੈਂ, ਹੈ ਨਾ? ਅਤੇ ਮਤਲਬ ਪਹਿਲਾਂ ਬਾਈ ਉਹ ਸਿੱਧੂ ਨੂੰ ਭੰਡੀ ਜਾਂਦੇ ਆ, ਹੈ ਨਾ? ਕਈ ਤਾਂ ਇਹੋ ਜਿਹੇ ਬੰਦੇ ਵੀ ਆ ਜਿਹੜੇ ਕਹਿ ਦਿੰਦੇ ਆ ਵੀ ਯਾਰ ਆਹ ਕੀ, ਮੈਂ ਸਿੱਧੂ ਨੇ ਉੱਧਰ ਕਾਂਗਰਸ 'ਚ ਸ਼ਾਮਿਲ ਹੋ ਗਿਆ, ਆਪਾਂ ਤਾਂ ਅੱਜ ਤੋਂ ਬਾਅਦ ਇਹਦੀ ਵੀਡੀਓ ਨਹੀਂ ਬਣਾਉਣੀ, ਹੈ ਨਾ? ਇਹ ਕੋਈ ਬੰਦਾ ਇਹ ਆਇਆ ਜਮਾਂ ਫਲਾਨਾ ਢੀਂਗਾ ਬਾਈ ਬਹੁਤ ਕੁਛ ਕਹਿੰਦੇ ਆ, ਹੈ ਨਾ? ਆਪਾਂ ਅੱਜ ਤੋਂ ਬਾਅਦ ਕਹਿੰਦੇ ਆਪਾਂ ਇਹਦੀ ਵੀਡੀਓ ਨਹੀਂ ਬਣਾਉਣੀ ਗੀ, ਠੀਕ ਆ? ਅਤੇ ਜਦੋਂ ਉਦੋਂ ਬਾਅਦ 'ਚ ਬਾਈ ਅਗਲੇ ਗਾਣੇ ਦੀ ਵੀਡੀਓ ਆਈ, ਫਿਰ ਉਹਦੀ ਵੀ ਵੀਡੀਓ ਬਣਾਈ, ਅਤੇ ਬਾਈ ਕਮੈਂਟਾਂ 'ਚ ਬਾਈ ਬਹੁਤ ਜ਼ਿਆਦਾ ਲੋਕਾਂ ਨੇ ਹਾਰ ਪਾਏ, ਹੈ ਨਾ? ਵੀ ਹੁਣ ਕਿਉਂ ਬਣਾਈ ਆ ਗਈ ਆਪਦੀ ਗੱਲ 'ਤੇ ਰਹਿ, ਹੈ ਨਾ? ਅਤੇ ਪਰ ਯਾਰ ਹੁਣ ਅੱਜ ਬਾਈ ਆਹ ਗਾਣਾ ਆਇਆ, ਹੈ ਨਾ? ਆਹ ਗਾਣਾ ਆਇਆ ਮੇਰੇ ਨਾਲ ਪਹਿਲਾਂ ਰਿਐਕਸ਼ਨ ਵੀਡੀਓ। ਵਾਹ ਜੀ ਵਾਹ, ਕਿਆ ਹੀ ਬਾਤ ਆ ਬਾਈ ਯਾਰ, ਸਿਰਾ ਵਾਪਿਓ ਤੁਸੀਂ ਯਾਰ, ਇੰਨੀ ਬੇਸ਼ਰਮੀ ਲਿਆਉਂਦੇ ਕਿੱਥੋਂ ਆ ਯਾਰ? ਅਤੇ ਬਿਨਾਂ ਟਾਈਮ ਖਰਾਬ ਕੀਤੇ ਬਾਈ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਮੈਨੂੰ ਗੱਲ ਗੱਲ ਕਿਸੇ ਬੰਦੇ ਨੇ ਸੀ ਕਹੀ, ਕਹਿੰਦਾ ਹਾਰਿਆ ਤੂੰ ਕਿਉਂਕਿ ਤੇਰੀ ਪਹਾਟੀ ਨੀ ਸਹੀ। ਮੈਂ ਕਿਹਾ ਠੀਕ ਆ, ਇੱਕ ਗੱਲ ਦੱਸ ਬਾਈ, ਜੇ ਐਨੀ ਸੀ ਗਲਤ ਪਹਿਲਾਂ ਤੁਸੀਂ ਕਹਿੰਦੇ ਤਾਂ ਨਹੀਂ। ਸਹੀ ਗੱਲ ਆ ਬਈ, ਇਹ ਗੱਲ ਜਮ੍ਹਾਂ ਸਹੀ ਹੈਗੀ, ਹੈ ਨਾ? ਪਾਰਟੀ ਇੰਨੀ ਗਲਤ ਸੀਗੀ, ਹੈ ਨਾ? ਤਾਂ ਫਿਰ ਤੁਸੀਂ ਕਿਉਂ ਜਿਤਾਈ, ਇਦੂ ਪਹਿਲਾਂ ਕਿਹੜਾ ਬਣੀ ਨਹੀਂ, ਹੈ ਨਾ? ਅਤੇ ਬਸ ਮਤਲਬ ਟਾਰਗੇਟ ਮੂਸੇਵਾਲੇ ਨੂੰ ਹੀ ਕਰਨਾ ਹੁੰਦਾ ਹਰੇਕ ਥਾਂ 'ਤੇ, ਬਸ ਹੋਰ ਕਿਹੜਾ ਹਾਰੇ ਨਹੀਂ ਬਈ। ਐਤਕੀ ਤਾਂ ਉਹ ਖੁੰਡ ਹਾਰ ਗਏ ਪੁਰਾਣੇ ਬਈ, ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੇ ਆਪਦੇ ਏਰੀਏ 'ਚੋਂ ਜਿਹੜੇ ਹਾਰੇ ਹੀ ਨਹੀਂ ਸੀਗੇ, ਹੈ ਨਾ? ਅਤੇ ਉਹੋ ਜਿਹੇ ਬਈ ਖੁੰਡ ਹਾਰ ਗਏ ਐਤਕੀ ਤਾਂ ਬਈ। ਅਤੇ ਫਿਰ ਇਹ ਤਾਂ ਵਿਚਾਰਾ ਹਜੇ ਪਹਿਲਾ ਸਾਲ ਸੀ ਇਹਦਾ ਤਾਂ ਪੋਲੀਟਿਕਸ 'ਚ, ਅਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਬਿਓ, ਅੱਗੇ ਦੇਖਦੇ ਹਾਂ। ਸਹੀ ਗੱਲ ਆ ਬਈ, ਕਹਿੰਦਾ ਇੱਥੇ ਪਵਾੜਾ ਹੋ ਜਾਂਦਾ ਅਤੇ ਤੁਹਾਡਾ ਕੀਤਾ ਠੀਕ ਹੁੰਦਾ ਅਤੇ ਸਾਡਾ ਕੀਤਾ ਮਾੜਾ ਹੋ ਜਾਂਦਾ, ਸਾਡਾ ਕੁੱਤਾ ਕਤੀੜ ਅਤੇ ਤੁਹਾਡਾ ਕੁੱਤਾ ਟੋਮੀ। ਓਹੋ ਬਈ ਬਹੁਤ ਸਹੀ ਗੱਲ ਆ ਬਈ, ਬਿਲਕੁਲ ਸਹੀ ਗੱਲ ਹੈਗੀ, ਆਹੀ ਕੁਛ ਹੋ ਰਿਹਾ ਬਾਈ। ਸਹੀ ਗੱਲ ਆ ਬਈ, ਆਹ ਗੱਲ ਜਿਹੜੀ ਹੁਣ ਮੈਂ ਕਹਿ ਕੇ ਹਟਿਆ, ਹੈ ਨਾ? ਸੇਮ ਉਹੀ ਗੱਲ ਕਹੀ ਆ ਸਿੱਧੂ ਨੇ ਵੀ, ਸਾਰੇ ਹਾਰ ਗਏ, ਹੈ ਨਾ? ਵੀ ਬੋਰ ਬਥੇਰੇ ਹਾਰੇ ਹੈਗੇ, ਹੈ ਨਾ? ਮੈਂ ਕਿਹੜਾ ਇਕੱਲਾ ਹਾਰਿਆ? ਬਾਕੀ ਬਾਈ ਜਿਹੜਾ ਬੰਦਾ ਮਤਲਬ ਯਾਰ ਅਗਲੇ ਦੇ ਘਰੇ ਬਾਬਾ ਮੌਕੇ ਦਾ ਮੁੱਖ ਮੰਤਰੀ ਆਇਆ ਸੀਗਾ, ਅਤੇ ਬਾਈ ਕੋਈ ਵੀ ਬੰਦਾ ਹੋਊਗਾ ਤਾਂ ਬਾਈ ਉਹ ਇਹ ਗੱਲ ਦੀ ਮਤਲਬ ਜਵਾਬ ਦੇ ਨਹੀਂ ਸਕਦਾ ਬਾਈ ਉਹਨਾਂ ਨੂੰ, ਹੈ ਨਾ? ਅਤੇ ਬਾਕੀ ਬਾਈ ਰਹੀ ਪਾਰਟੀਆਂ ਦੀ ਗੱਲ, ਤਾਂ ਆਪਾਂ ਪਾਰਟੀਆਂ ਦੇ ਚੱਕਰ 'ਚੋਂ ਤਾਂ ਹੈਗੇ ਹਾਂ ਦੂਰ, ਦੇਖ ਲਓ। ਪਰ ਬਾਈ ਜਿਹੜੀ ਗੱਲ ਆ ਵੀ ਹਾਰ ਜਿੱਤ ਬਣੀ ਆਈ ਆ, ਹੈ ਨਾ? ਕੋਈ ਵੀ ਮੰਨ ਕੇ ਚੱਲੋ ਆਪਾਂ ਛੋਟੀ ਜਿਹੀ ਕੋਈ ਗੇਮ ਵੀ ਖੇਡਦੇ ਹਾਂ, ਹੈ ਨਾ? ਉਹ 'ਚ ਵੀ ਜਾਂ ਤਾਂ ਜਿੱਤਣਾ ਹੁੰਦਾ ਜਾਂ ਹਾਰਨਾ ਹੁੰਦਾ, ਹੈ ਨਾ? ਬਈ ਮਾੜੇ ਬੰਦੇ ਨੂੰ ਲੋਕ ਪਿੰਡ ਦਾ ਸਰਪੰਚ ਨਹੀਂ ਬਣਨ ਦਿੰਦੇ ਬਾਈ ਯਾਰ, ਅਤੇ ਇਹ ਤਾਂ ਫਿਰ ਵੀ MLA ਦੀਆਂ ਸੀਗੀਆਂ, ਅਤੇ ਜੇ ਟਿਕਟ ਦਿੱਤੀ ਕਿਸੇ ਨੇ, ਹੈ ਨਾ, ਫਿਰ ਹੀ ਆ ਮਾੜਾ ਬੰਦਾ ਟਿਕਟ ਲੈ ਕੇ ਦਿਖਾਵੇ, ਹੈ ਨਾ? ਜਿਹੜੇ ਬੰਦੇ ਦੇ ਪਿੱਛੇ ਪਤਾ ਹੁੰਦਾ ਪਾਰਟੀ ਨੂੰ ਵੀ ਹਾਂ ਚਾਰ ਬੰਦੇ ਲੱਗਦੇ ਆ, ਉਹਨੂੰ ਹੀ ਟਿਕਟ ਦਿੰਦੀ ਆ ਪਾਰਟੀ, ਅਤੇ ਉਹੀ ਫਿਰ ਬਾਈ ਜਾਂ ਤਾਂ ਹਾਰਦਾ ਅਤੇ ਜਾਂ ਜਿੱਤਦਾ ਗਾ, ਕੋਈ ਇਹ ਪੱਕਾ ਮੋਹਰ ਤਾਂ ਲੱਗੀ ਨਹੀਂ ਹੁੰਦੀ ਵੀ ਹਾਂ ਵੀ ਇਹ ਜਿੱਤੂਗਾ ਹੀ ਜਿੱਤੂਗਾ। ਚਲੋ ਬਾਬੇ ਅੱਗੇ ਦੇਖਦੇ ਹਾਂ ਕੀ ਆ ਵੀਡੀਓ 'ਚ। ਬਾਈ ਆਹ ਗੱਲ ਬਿਲਕੁਲ ਸਹੀ ਕਹੀ ਆ ਬਾਈ ਮੂਸੇਵਾਲੇ ਨੇ, ਹੈ ਨਾ? ਕਹਿੰਦਾ ਇਹਨਾਂ ਨੇ ਬੀਬੀ ਖਾਲੜਾ ਹਰਾਈ, ਹੈ ਨਾ? ਬੀਬੀ ਪਰਮਜੀਤ ਕੌਰ ਖਾਲੜਾ ਸੀ, ਹੈ ਨਾ? ਸ਼ਾਇਦ ਪਰਮਜੀਤ ਕੌਰ ਖਾਲੜਾ, ਹਾਂ ਨਾਮ ਸੀ ਉਹਨਾਂ ਦਾ। ਅਤੇ ਜਸਵੰਤ ਸਿੰਘ ਖਾਲੜਾ ਜੀ ਸੀਗੇ ਜਿਹੜੇ, ਹੈ ਨਾ, ਜਿਨ੍ਹਾਂ ਨੇ ਮੰਨ ਕੇ ਚੱਲੋ ਵੀ ਆਪਣੇ ਪੰਜਾਬੀ ਮੁੰਡਿਆਂ ਨੂੰ ਮਤਲਬ ਜਿਹੜੇ ਮਤਲਬ ਖਾੜਕੂਬਾਦ 'ਚ, ਹੈ ਨਾ, ਉਦੋਂ ਮਤਲਬ ਗਵਾਚ ਗਏ ਸੀਗੇ ਆਪਾਂ ਕਹਿ ਸਕਦੇ ਹਾਂ, ਹੈ ਨਾ? ਜਿਨ੍ਹਾਂ ਦੀ ਮਤਲਬ ਕੋਈ ਉੱਗ ਸੁੱਗ ਨਹੀਂ ਸੀ ਨਿਕਲੀ, ਹੈ ਨਾ? ਅਤੇ ਬਾਈ ਜਿਹੜਾ ਉਹਨਾਂ ਬੰਦਿਆਂ ਦਾ ਪਤਾ ਕਰਨ ਲਈ ਬਾਈ ਜਸਵੰਤ ਸਿੰਘ ਖਾਲੜਾ ਜੀ ਨੇ ਬਾਈ ਆਪਦਾ ਆਪ ਮਤਲਬ ਯਾਰ ਆਪਦੀ ਕੁਰਬਾਨੀ ਦਿੱਤੀ, ਹੈ ਨਾ? ਉਹ ਆਪਣੀ ਮਤਲਬ ਗਾਇਬ ਹੋ ਗਏ, ਹੈ ਨਾ? ਉਹਨਾਂ ਨੂੰ ਆਪ ਗਾਇਬ ਕਰਤਾ ਸਰਕਾਰਾਂ ਨੇ, ਹੈ ਨਾ? ਉਹਨਾਂ ਦਾ ਨਹੀਂ ਪਤਾ ਲੱਗਿਆ,
ਅਤੇ 20 ਸਾਲ ਹੋ ਗਏ ਵਿਚਾਰਿਆਂ ਨੂੰ, ਮਤਲਬ ਉਹਨਾਂ ਦੇ ਜਿਹੜੇ ਸੁਪਤਨੀ ਆ ਹੈ ਨਾ, ਉਹਨਾਂ ਨੂੰ ਬਈ 20 ਸਾਲ ਹੋ ਗਏ ਇਨਸਾਫ ਮੰਗਦੇ ਨੂੰ, ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਜੋ ਹੁਣ ਉਹ ਵੋਟਾਂ 'ਚ ਖੜ੍ਹੇ ਹੋਏ ਵੀ ਚਲੋ ਚਾਰ ਵੋਟਾਂ ਪੈਣਗੀਆਂ ਅਤੇ ਆਪਾਂ ਆਪਦੇ ਹੱਕ ਲਈ ਆਵਾਜ਼ ਉਠਾ ਸਕਾਂਗੇ, ਹੈ ਨਾ, ਤਾਂ ਉਹਨਾਂ ਨੂੰ ਬਾਬੇ ਉਹ ਹਰਾ ਤਾ, ਹੈ ਨਾ, ਮਤਲਬ ਲੋਕਾਂ ਨੇ ਵੋਟ ਨਹੀਂ ਪਾਈ, ਹੈ ਨਾ, ਅਤੇ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਆ, ਹੈ ਨਾ, ਵੀ ਕਿਹੜੀ ਪਾਰਟੀ ਸਹੀ ਆ ਜਾਂ ਕਿਹੜੀ ਗਲਤ ਆ, ਹੈ ਨਾ। ਅਤੇ ਬਾਕੀ ਬਈ ਯਾਰ ਸਿਮਰਨਜੀਤ ਮਾਨ ਬਈ, ਉਹਨਾਂ ਬਾਰੇ ਤਾਂ ਬਈ ਮਤਲਬ ਦੱਸਣ ਦੀ ਲੋੜ ਨਹੀਂ ਹੈਗੀ ਤੁਹਾਨੂੰ, ਹੈ ਨਾ, ਵੀ ਕੌਣ ਆ ਕੌਣ ਨਹੀਂ, ਹੈ ਨਾ। ਅਤੇ ਉਹ ਵੀ ਹਾਰ ਚੁੱਕੇ ਆ, ਹੈ ਨਾ, ਪਾਰਟੀ 'ਚੋਂ ਬਈ, ਮਤਲਬ ਸਹੀ ਗੱਲ ਕਹੀ ਆ ਬਈ ਮੂਸੇ ਵਾਲੇ ਨੇ, ਬਈ ਬਿਲਕੁਲ ਸਹੀ ਮੰਨੂਗਾ ਬਈ ਇਹ ਗੱਲ ਨੂੰ ਮੈਂ। ਸਹੀ ਆ, ਆ ਵੀ ਸਹੀ ਆ। ਜਨਾਨੀ ਉਹ ਮੱਤਾਂ ਦਿੰਦਾ ਮੈਨੂੰ, ਅਤੇ ਪਤਾ ਤਾਂ ਹੈਗਾ ਸਾਰਿਆਂ ਨੂੰ ਬਈ ਵੀ ਕਿਹਨੂੰ ਕਿਹਾ, ਹੈ ਨਾ। ਵੈਸੇ ਮੈਂ ਦੱਸ ਵੀ ਦਿੰਦਾ ਗੈਰੀ ਸੰਧੂ ਨੂੰ ਕਿਹਾ ਲੱਗਦਾ, ਅਤੇ ਪਰ ਬਈ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਇੱਥੇ ਮੂਸੇ ਵਾਲੇ ਨੂੰ ਵੀ, ਹੈ ਨਾ, ਵੀ ਇਹ ਗੱਲਾਂ ਯਾਰ ਮਤਲਬ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ, ਹੈ ਨਾ, ਇਹ 'ਚ ਬੰਦੇ ਦੀ ਕੋਈ ਗਲਤੀ ਨਹੀਂ ਹੈਗੀ, ਹੈ ਨਾ। ਮਤਲਬ ਉਹ ਤਾਂ ਜਿਹੜਾ ਕੁਛ ਵੀ ਆ ਜੋ ਯਾਰ ਉਹ ਉਹਨਾਂ ਦੀ ਪਰਸਨਲ ਲਾਈਫ ਆ, ਹੈ ਨਾ, ਵੀ ਮਤਲਬ ਉਹਦੇ 'ਚ ਨਾ ਇੰਟਰਫੇਅਰ ਕਰੀਏ ਆਪਾਂ, ਅਤੇ ਕੋਈ ਗੱਲ ਨਹੀਂ, ਚਲੋ ਅੱਗੇ ਦੇਖਦੇ ਹਾਂ ਬਾਈ। ਫਿਰ ਕੀ ਬਣਿਆ ਵੋਟਾਂ ਦਾ, ਜਿਹੜੇ ਹੱਸਦੇ ਮੇਰੇ ਤੇ ਆਪ ਖੜੇ ਕਿਉਂ ਨਹੀਂ ਹੋਏ। ਸਹੀ ਹੈ, ਇਹ ਬਾਬੇ ਨਸੀਬ ਨੇ ਪਾਈ ਸੀ, ਹੈ ਨਾ, ਸਟੋਰੀ ਇਹ, ਹਾਂ, ਨਸੀਬ ਨੇ ਪਾਈ ਸੀਗੀ ਸਟੋਰੀ ਇਹ, ਅਤੇ ਹੱਸਦੇ ਮੇਰੇ ਤੇ ਆਪ ਖੜੇ ਕਿਉਂ ਨਹੀਂ ਹੋਏ ਵੋਟਾਂ 'ਚ। ਸਹੀ ਗੱਲ ਆ, ਫਿਰ ਬਈ ਹੱਸਣਾ ਹੀ ਆਉਂਦਾ ਤੁਹਾਨੂੰ। ਬਾਕੀ ਬਾਈ ਨਸੀਬ ਨੂੰ ਤਾਂ ਮੈਂ ਇੱਕ ਗੱਲ ਜਮ੍ਹਾਂ ਸ਼ਰੇਆਮ ਕਹਿਣੀ ਚਾਹੂੰਗਾ, ਵੀ ਬਈ ਤੈਨੂੰ ਗਲੀ ਦਾ ਕੁੱਤਾ ਵੀ ਨਹੀਂ ਸੀ ਜਾਣਦਾ ਓਲਡ ਸਕੂਲ ਗਾਣੇ ਤੋਂ ਪਹਿਲਾਂ, ਠੀਕ ਆ, ਤੈਨੂੰ ਪਹਿਚਾਣ ਮਿਲੀ ਓਲਡ ਸਕੂਲ ਗਾਣੇ ਨਾਲ, ਅਤੇ ਬਾਈ ਉਦੋਂ ਬਾਅਦ 'ਚੋਂ ਵੀ ਤੇਰੇ ਗਾਣੇ ਗੁਣੇ ਆਏ ਆ, ਪਤਾ ਨਹੀਂ ਨਹੀਂ ਬਾਈ ਕਿਸੇ ਨੇ ਨਹੀਂ ਸੁਣੇ, ਠੀਕ ਆ, ਅਤੇ ਆਪਦੇ ਬਾਈ ਓਲਡ ਸਕੂਲ ਗਾਣੇ ਦੇ ਵਿਊ ਦੇਖ ਲਾ ਅਤੇ ਆਪਦੇ ਬਾਕੀ ਗਾਣਿਆਂ ਦੇ ਵਿਊ ਦੇਖ ਲਾ, ਠੀਕ ਆ, ਅਤੇ ਆਹ ਗੱਲਾਂ ਫੇਰ ਕਰੀ ਤੂੰ, ਅੱਗੇ ਦੇਖਦੇ ਹਾਂ ਬਾਬੇ ਕੀ ਆ ਵੀਡੀਓ ਦੇ ਵਿੱਚ। ਕਿਉਂਕਿ ਨੈੱਟ ਤੋਂ ਬਿਨਾਂ ਤਾਂ ਗੱਲਬਾਤ ਨਹੀਂ ਹੋ ਇੰਨੀ, ਕੁਛ ਕਰਕੇ ਦਿਖਾਉਣੇ ਉਹ ਔਕਾਤ ਨਹੀਂ ਹੋ ਇੰਨੀ, ਆਹ ਕਿਹਨੂੰ ਕਹਿ ਗਿਆ ਬਾਬੇ, ਨੈੱਟ ਤੋਂ ਬਿਨਾਂ ਤਾਂ ਔਕਾਤ ਨਹੀਂ ਹੋ ਇੰਨੀ, ਕੁਛ ਕਰਕੇ ਦਿਖਾਉਣ ਔਕਾਤ ਨਹੀਂ ਹੋ ਇੰਨੀ, ਇਹ ਤਾਂ ਬਾਬੇ ਸਾਰੇ ਹੀ ਚੱਲਦਾ ਅੱਜ ਕੱਲ੍ਹ, ਹੈ ਨਾ। ਪੁੱਤ ਵੱਢ ਨਾ ਜੇ ਹੋਵੇ ਐਵੇਂ ਭੌਂਕੀ ਦਾ ਨਹੀਂ ਹੁੰਦਾ, ਕਿਆ ਬਾਤ ਆ। ਸਹੀ ਗੱਲ ਆ ਬਈ, ਸਹੀ ਗੱਲ ਆ, ਸਾਰਿਆਂ ਨੂੰ ਕਹਿੰਦੇ ਆ ਲੋਕ, ਆਹ ਵੀ ਮਾੜਿਆ ਉਹ ਵੀ ਮਾੜਿਆ ਸਾਰੇ ਹੀ ਮਾੜਿਆ, ਹੈ ਨਾ, ਮਾੜੇ ਹੋਣਗੇ ਵੀ ਬਈ, ਫਿਰ ਕਰੀਏ ਕੀ, ਮੈਨੂੰ ਐਂ ਨਹੀਂ ਸਮਝ ਲੱਗਦਾ ਬਈ, ਮੈਂ ਮੇਰਾ ਦਿਮਾਗ ਹਿੱਲਿਆ ਪਿਆ ਸੀ ਜਦੋਂ ਵੋਟ ਪਾਉਣ ਗਿਆ ਸੀ ਵੀ ਕਿਹਨੂੰ ਪਾਵਾਂ, ਕੀ ਕਰਾਂ ਕੀ ਨਾ ਕਰਾਂ, ਬਈ ਸਮਝ ਨਹੀਂ ਸੀ ਲੱਗਦਾ ਕੁਛ। ਮਾੜੇ ਤੁਸੀਂ ਚੁਣਿਆ ਇਹਨਾਂ ਨੂੰ ਇਹ ਕੱਟਣ ਦੇਣੀ ਕਾਤੋਂ, ਆਪਸ ਨਾਲੋਂ ਮਾਰੇ ਗੱਲ ਮੰਨਦੇ ਨਹੀਂ ਕਾਤੋਂ, ਪਿੱਛੇ ਹੋਇਆ ਜੋ ਵੀ ਹੋਇਆ ਜੇ ਬਹਾਨੇ ਉੱਤੇ ਰਹੋ, ਹੁਣ ਜਿੰਨਾਂ ਨੂੰ ਜਿਤਾਇਆ ਮਾੜਾ ਇਹਨਾਂ ਨੂੰ ਨਾ ਕਿਹਾ, ਹੁਣ ਕਹਿੰਦਾ ਜਿਨ੍ਹਾਂ ਨੂੰ ਜਿੱਤਾਇਆ ਮਾੜਾ ਇਹਨਾਂ ਨੂੰ ਨਾ ਕਿਹੋ, ਬਾਈ ਬਿਲਕੁਲ ਸਹੀ ਗੱਲ ਆ, ਅਤੇ ਬਾਬੇ ਰੁਝਾਨ ਤਾਂ ਹੁਣ ਲੱਗ ਵੀ ਚੁੱਕਿਆ, ਹੈ ਨਾ, ਹਜੇ ਮਹੀਨਾ ਵੀ ਨਹੀਂ ਹੋਇਆ, ਹੈ ਨਾ, ਸਰਕਾਰ ਬਣੀ ਨੂੰ, ਅਤੇ ਲੋਕ ਕਰਨ ਲੱਗ ਵੀ ਗਏ, ਤੂੰ ਤਾਂ ਪਹਿਲਾਂ ਵਾਲੇ ਠੀਕ ਸੀ, ਇਹ ਤਾਂ ਉਦੋਂ ਪਹਿਲਾਂ ਵਾਲੇ ਠੀਕ ਸੀ, ਹੈ ਨਾ, ਅਤੇ ਮਤਲਬ ਵੀ ਬਾਈ ਲੋਕਾਂ ਨੂੰ ਕੋਈ ਨਹੀਂ ਜਿੱਤ ਸਕਿਆ ਬਾਈ ਯਾਰ, ਮਤਲਬ ਕੋਈ ਹੱਲ ਹੀ ਨਹੀਂ ਹੈਗਾ ਬਾਈ, ਜਿੰਨਾ ਕੋਈ ਮਰਜ਼ੀ ਗਈ ਆ ਤੁਸੀਂ ਬਾਈ, ਮਤਲਬ ਯਾਰ ਜੇ ਹੁਣ ਮੰਨ ਕੇ ਚੱਲੋ ਕੋਈ ਬੰਦਾ ਵਿਆਹ ਕਰਦਾ, ਠੀਕ ਆ, ਆਪਦੀ ਕੁੜੀ ਦਾ ਵਿਆਹ ਕਰਦਾ ਕੋਈ ਬੰਦਾ ਮੰਨ ਕੇ ਚੱਲੋ, ਹੈ ਨਾ, ਜੇ ਬਾਈ ਉਹਨੇ ਬਾਹਲਾ ਖਰਚਾ ਕਰਤਾ, ਹੈ ਨਾ, ਚੰਗੀ ਮਤਲਬ ਸਮਾਨ ਸਮੂਨ ਚੰਗਾ ਦਿੱਤਾ ਕੁੜੀ ਨੂੰ, ਗੱਡੀ ਦੇ ਕੇ ਤੋਰਤਾ, ਹੈ ਨਾ, ਤਾਂ ਫਿਰ ਕਹਿਣਗੇ ਬਈ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ, ਐਂ ਤਾਂ ਤੁਸੀਂ ਆਪ ਰੋਡ 'ਤੇ ਆ ਜਾਓਗੇ, ਐਂ ਹੋਜੂਗਾ ਜਾਂ ਹੋਜੂਗਾ, ਜੇ ਕਿਸੇ ਨੇ ਬਈ ਮਤਲਬ ਛੋਟਾ ਜਿਹਾ ਪ੍ਰੋਗਰਾਮ ਕਰਤਾ ਅਤੇ ਚੁੰਨੀ ਚੜ੍ਹਾ ਕੇ ਕੁੜੀ ਤੋਰਤੀ, ਫਿਰ ਕਹਿਣਗੇ ਲੈ ਇਹਨਾਂ ਨੇ ਤਾਂ ਕੀਤਾ ਕੁਛ ਨਹੀਂ ਗਾ, ਇਹ ਇਹਨਾਂ ਕੋਲ ਇਹ ਤਾਂ ਨੰਗਾ, ਇਹ ਤਾਂ ਜੇ ਆ ਬੋਹ ਆ ਫਲਾਨਾ ਢੀਂਗਾ, ਬਾਈ ਦੁਨੀਆਂ ਨੂੰ ਕੋਈ ਨਹੀਂ ਜਿੱਤ ਸਕਦਾ, ਐਵੇਂ ਨਹੀਂ ਸਿਆਣੇ ਕਹਿੰਦੇ ਵੀ ਜਹਾਨ ਨੂੰ ਦੋ ਪਾਸੇ ਦਿੰਦੇ ਹੁੰਦੇ ਆ। ਸਭਾ ਹੋਇਆ ਜਿੰਮੇਵਾਰ ਦੱਸੋ ਕੌਣ, ਆਓ ਹੁਣ ਮੈਨੂੰ ਲੋਕੋ ਇੱਕ
जो राज सभा होया, समझ रहे हो बबेओ? आ बई सही गल आ बई, आ सारे मतलब मानसे एरिए दे लोकां नूं गल कह गया बई। एक मिनट बैक करके देखदे आं की कहा सी। छड़ो गल मैं ता लिया सी स्टैंड, आओ पछड़े होए लोकां दा बनाता सी ब्रांड, धन्नवाद उहनां दा जो लै। बिल्कुल सही गल आ बई, पछड़े होए लोकां दा बनाता सी ब्रांड है ना, बहुत ज़्यादा मतलब यार सिद्धू मूसे वाले करके है ना बई, बहुत ज़्यादा मतलब मानसे एरिए दा नाँ उच्चा होया सीगा है ना, भी किहड़ा एरिया बई यार मानसे तो है ना, सिद्धू मूसे वाले दा एरिया बई, जिहड़े दूर दूर दे बंदे आ उहनां नूं पता ही आ है ना भी मतलब मानसा दा जिहड़ा ज़्यादा नाँ बोलण लग्गिया सी बई सिद्धू मूसे वाले करके सी। ਸਿਖਾਇਆ ਮੈਂ ਜਿਨ੍ਹਾਂ ਨੂੰ ਜਿਤਾਇਆ ਮੈਨੂੰ ਉਹਨਾਂ ਨੇ ਹਰਾਇਆ, ਮੈਂ ਜਿੱਤਿਆ ਨਹੀਂ ਕਾਹਤੋਂ ਮੈਨੂੰ ਦੁੱਖ ਨਹੀਂ ਓ ਕੋਈ ਮੈਂ। ਅਸਲ 'ਚ ਬਾਬੇ ਉਹ ਗਲਤੀ ਲੋਕਾਂ ਦੀ ਵੀ ਨਹੀਂ ਸੀਗੀ ਉੱਥੇ ਹੈ ਨਾ, ਉੱਥੇ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਲੋਕ ਬਦਲਾਅ ਚਾਹੁੰਦੇ ਸੀ ਇੱਕ। ਮੈਨੂੰ ਤੁਹਾਡੀਆਂ ਸਿਆਸਤ ਦੀ ਭੁੱਖ ਨਹੀਂ ਓ ਕੋਈ, ਦਿਨ ਵੀ ਚੜੂਗਾ ਭਾਵੇਂ ਰਾਤ ਸੀਗੀ ਮੇਰੀ, ਆਓ ਅੰਤ ਨਹੀਂ ਹੋਇਆ ਸ਼ੁਰੂਆਤ ਸੀਗੀ ਮੇਰੀ, ਅੰਤ ਨਹੀਂ ਹੋਇਆ ਸ਼ੁਰੂਆਤ ਸੀਗੀ ਮੇਰੀ। ਮਤਲਬ ਬਈ ਹਜੇ ਹੋਰ ਮਤਲਬ ਜਦੋਂ ਮੰਨ ਕੇ ਚੱਲੋ ਦੁਬਾਰੇ ਵੋਟਾਂ ਪੈਣੀਆਂ, ਦੁਬਾਰੇ ਫੇਰ ਖੜਾ ਹੋਊਗਾ ਹਨਾ ਵੋਟਾਂ 'ਚ। ਜਿਹਦੀ ਰਗਾਂ ਵਿੱਚ ਫਤਿਹ ਕਹਾਵਤ ਸੀ ਜਿਹੜੇ ਲਾਹੌਰ ਫੁੱਦੂ ਪਿਸ਼ੌਰ ਵੀ ਕੱਟਿਓ ਨਾ ਦੁਬਾਰਾ ਕਰ ਲਓ, ਜਿਹੜੇ ਲਾਹੌਰ ਫੁੱਦੂ ਨਹੀਂ ਬਈ, ਬਾਕੀ ਦਾ ਸਾਰਾ ਗਾਣੇ ਦੀ ਸਮਝ ਆ ਗਈ ਯਾਰ, ਆਹ ਗੱਲ ਕਿਹਨੂੰ ਕਹੀ ਆ ਯਾਰ, ਇਹ ਨਹੀਂ ਸਮਝ ਲੱਗੀ ਯਾਰ। ਬਾਬੇ ਜ਼ਰੂਰ ਦੱਸੋ ਬਈ ਕਮੈਂਟਾਂ 'ਚ ਤੁਹਾਨੂੰ ਕੀ ਲੱਗਦਾ ਵੀ ਕਿਹਨੂੰ ਕਿਹਾ ਗਾ ਹੈ ਨਾ ਲਾਹੌਰ ਬੁੱਧੂ ਪਿਸ਼ੌਰ ਫਿੱਦੂ ਵਾਲੀ ਗੱਲ। ਇੱਕ ਗੱਲ ਬਈ ਸਿੱਧੂ ਮੂਸੇ ਵਾਲੇ ਨੂੰ ਵੀ ਕਹਿਣੀ ਚਾਹੁੰਦਾ ਹੈ ਨਾ ਵੀ ਚਲੋ ਆਹ ਲੜਾਈਆਂ ਪੜਾਈਆਂ ਤਾਂ ਚੱਲਦੀਆਂ ਰਹਿਣੀਆਂ, ਬੀਫਾਂ ਵੀ ਚੱਲਦੀਆਂ ਰਹਿਣੀਆਂ ਹੈ ਨਾ, ਵੀ ਦੋ ਤਿੰਨ ਸਾਲ ਹੋ ਗਏ ਹੈ ਨਾ ਚੱਲੀ ਜਾਂਦੇ ਨੂੰ ਕੰਮ ਨੂੰ, ਇਹ ਚੱਲਦਾ ਹੀ ਰਹਿਣਾ ਹੈ ਨਾ, ਅਤੇ ਬਈ ਇਹਦੇ ਫਾਇਦੇ ਬਹੁਤ ਆ ਇਸ ਕਰਕੇ ਬਈ ਇਹ ਚੱਲਦਾ ਹੀ ਰਹਿਣਾ ਗਾ, ਠੀਕ ਆ, ਅਤੇ ਇਹਦਾ ਕੋਈ ਮਤਲਬ ਸਾਈਡ ਇਫੈਕਟ ਤਾਂ ਹੈ ਨਹੀਂ ਹੈ ਨਾ ਕੋਈ, ਜਿੰਨੇ ਹੈਗੇ ਸਾਰੇ ਫਾਇਦੇ ਹੀ ਆ ਹੈ ਨਾ ਇਹਨਾਂ ਲੜਾਈਆਂ ਦੇ, ਅਤੇ ਇਸ ਕਰਕੇ ਬਈ ਇਹ ਚੱਲਦੀਆਂ ਤਾਂ ਰਹਿਣੀਆਂ, ਪਰ ਇਹਦੇ ਨਾਲ ਨਾਲ ਬਈ ਯਾਰ ਮਤਲਬ ਆਪਦੇ ਫੈਨਾਂ ਲਈ ਕੁਛ ਵਧੀਆ ਮਤਲਬ ਯਾਰ ਗਾਣਾ ਘੈਂਟ ਘੈਂਟ ਜੇ ਲੈ ਕੇ ਆਓ, ਜਿਵੇਂ ਪਹਿਲਾਂ ਆਉਂਦੇ ਹੁੰਦੇ ਸੀ ਹੈ ਨਾ, ਬਿਨਾਂ ਲੜਾਈ ਤੋਂ ਥੋੜ੍ਹਾ ਜਿਹਾ ਮਤਲਬ ਕੰਟਰੋਵਰਸੀ ਤੋਂ ਸਾਈਡ 'ਤੇ ਰੱਖ ਕੇ ਹੈ ਨਾ, ਮਤਲਬ ਆਪਦੇ ਫੈਨਾਂ ਲਈ ਕੁਛ ਮਤਲਬ ਯਾਰ ਸੁਣ ਕੇ ਮਤਲਬ ਜਿਹੜਾ ਯਾਰ ਆਪਾਂ ਰਿਪੀਟ 'ਤੇ ਲਈ ਰੱਖ ਗਏ ਹੈ ਨਾ ਵੀ ਆਹ ਚੱਲਣ ਦੇ ਯਾਰ ਗਾਣਾ, ਹਾਂ ਕਿਆ ਬਾਤ ਆ, ਜਿਵੇਂ ਸੋਹੀ ਗਾਣਾ ਸੀਗਾ ਹੈ ਨਾ, ਡੋਲਰ ਗਾਣਾ ਸੀਗਾ, ਇਹ ਇਸ ਤਰ੍ਹਾਂ ਦੇ ਗਾਣੇ ਆਉਣ ਬਾਬੇ ਉਹ ਚੱਕਵੇਂ ਜੇ ਘੈਂਟ ਜੇ ਹੈ ਨਾ। ਉੱਤੋਂ ਬਾਈ ਨੇ ਬਾਪੂ ਗਾਣਾ ਬਹੁਤ ਸੋਹਣਾ ਗਾਇਆ ਸੀ, ਡੀਅਰ ਮੰਮਾ ਹੈ ਨਾ, ਮਤਲਬ ਲੜਾਈ ਤੋਂ ਕੰਟਰੋਵਰਸੀ ਤੋਂ ਥੋੜ੍ਹਾ ਜਿਹਾ ਹਟ ਕੇ ਗਾਣੇ ਬਾਈ ਆਉਣੇ ਚਾਹੀਦੇ ਆ, ਅਤੇ ਤਾਂ ਕਿ ਬਾਈ ਵੱਧ ਸਵਾਦ ਆਵੇ ਹੈ ਨਾ ਗਾਣੇ ਸੁਣਨ ਦਾ, ਅਤੇ ਇਹ ਤਾਂ ਚੱਲੀ ਜਾਣਾ ਬਾਈ ਸਿਸਟਮ, ਇਹਦੇ ਨਜ਼ਾਰੇ ਬਹੁਤ ਆ ਬਾਈ ਕਿਉਂਕਿ। ਅਤੇ ਬਾਬੇ ਜੇ ਗਾਣੇ ਦੀ ਗੱਲ ਕਰੀਏ ਤਾਂ ਬਾਈ ਗਾਣਾ ਬਹੁਤ ਘੈਂਟ ਸੀਗਾ ਹੈ ਨਾ, ਅਤੇ ਮਤਲਬ ਯਾਰ ਮਿਹਣੇ ਤਾਨੇ ਮਾਰੇ ਆ ਇੱਕ ਦੂਜੇ ਨੂੰ ਹੈ ਨਾ, ਚਲੋ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਹੈ ਨਾ, ਅਤੇ ਬਾਈ ਬਣ ਕੇ ਯਾਰ ਗਾਣੇ ਮਤਲਬ ਦੂਜੇ ਜੇ ਕੱਢੋ ਜਿਹੇ ਜੇ ਪਹਿਲਾਂ ਆਉਂਦੇ ਸੀ ਕਮਰਸ਼ੀਅਲ ਟਾਈਪ ਦੇ ਗਾਣੇ ਹੈ ਨਾ, ਅਤੇ ਤਾਂ ਕਿ ਸੁਣਨ ਵਾਲਿਆਂ ਨੂੰ ਸਵਾਦ ਆਵੇ ਹੈ ਨਾ ਬਾਈ, ਅਤੇ ਮਤਲਬ ਜਿਹੜੇ ਰਿਪੀਟ 'ਤੇ ਚੱਲਣ ਗਾਣੇ। ਅਤੇ ਬਾਕੀ ਬਈ ਯਾਰ ਇਹ ਗਾਣਾ ਵੀ ਘੈਂਟ ਸੀਗਾ ਹੈ ਨਾ, ਮਿਊਜ਼ਿਕ ਮਰਸੀ ਨੇ ਬਹੁਤ ਸੋਹਣਾ ਕੀਤਾ ਸੀਗਾ, ਲਿਰੀਕਲ ਵੀਡੀਓ ਸੀਗੀ ਬਾਈ, ਦੇਖ ਕੇ ਨਜ਼ਾਰਾ ਆਇਆ ਹੈ ਨਾ। ਅਤੇ ਬਾਕੀ ਰਹੀ ਬਈ ਹਾਰਨ ਜਿੱਤਣ ਵਾਲੀ ਗੱਲ, ਤਾਂ ਬਈ ਹਾਰ ਜਿੱਤ ਤਾਂ ਬਣੀ ਆਈ ਆ ਹੈ ਨਾ, ਅਤੇ ਮਤਲਬ ਬਹੁਤ ਤਕੜੇ ਤਕੜੇ ਖੁੰਡ ਹਾਰ ਗਏ ਬਈ ਐਤਕੀ ਤਾਂ ਯਾਰ, ਜਿਹੜੇ ਜਿਹੜੇ ਬੰਦੇ ਕਦੇ ਜ਼ਿੰਦਗੀ 'ਚ ਜਿਹੜੇ ਜਿਹੜੀ ਸੀਟ ਤੋਂ ਨਹੀਂ ਹਾਰੇ ਸੀਗੇ, ਅਤੇ ਉਹ ਵੀ ਹਾਰ ਚੁੱਕਿਆ ਬਈ ਐਤਕੀ। ਅਤੇ ਇੱਥੋਂ ਬਈ ਪਤਾ ਲੱਗਦਾ ਗਾ ਵੀ ਸਿੱਧੂ ਤਾਂ ਬਈ ਹਜੇ ਮਤਲਬ ਉਹਦਾ ਸਾਲ ਹੀ ਪਹਿਲਾਂ ਸੀ ਹੈ ਨਾ ਰਾਜਨੀਤੀ 'ਚ, ਅਤੇ ਜੇ ਉਹ ਹਾਰ ਗਿਆ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਇਹਦੇ 'ਚ। ਅਤੇ ਬਾਕੀ ਬਈ ਇਹ ਸੀ ਸਾਡੀ ਅੱਜ ਦੀ ਵੀਡੀਓ, ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰੋ ਸਬਸਕ੍ਰਾਈਬ, ਨਾ ਲੱਗਿਆ ਘੰਟੀ ਦਾ ਬਟਨ ਵੀ ਦੱਬ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਥੈਂਕਸ ਫੋਰ ਵਾਚਿੰਗ ਗਾਈਜ਼।